ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ, ਅਤੇ ਬਹੁਤ ਐਕਸਾਈਟਿਡ ਸੀਗਾ ਮੈਂ ਇੱਕ ਚੀਜ਼ ਲਈ, ਜਿਵੇਂ ਕਿ ਤੁਹਾਨੂੰ ਪਤਾ ਕੈਰੀ ਔਨ ਜੱਟਾ 2 1 ਜੂਨ ਨੂੰ ਰਿਲੀਜ਼ ਹੋ ਰਹੀ ਆ, ਅਤੇ ਜਿਵੇਂ ਕੈਰੀ ਔਨ ਜੱਟਾ 1 ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਸੀਗਾ, ਅਤੇ ਉਹ ਜਿਹੜੀ ਕਮਿਸਟਰੀ ਸੀਗੀ ਸਭ ਤੋਂ ਵੱਡੀ ਉਹਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀਗਾ, ਅਤੇ ਮੈਨੂੰ ਬਹੁਤ ਜ਼ਿਆਦਾ ਵੇਟ ਸੀਗੀ ਵੀ ਉਹ ਜਦੋਂ ਕੈਰੀ ਔਨ ਜੱਟਾ ਵਾਈਟਲ ਤੋਂ ਅਨਾਊਂਸ ਹੋਈ ਸੀ ਵੀ ਬਹੁਤ ਜਲਦੀ ਰਿਲੀਜ਼ ਹੋਣੀ ਆ, ਅਤੇ ਉਹਦੀ ਵੇਟ ਅੱਜ ਟ੍ਰੇਲਰ ਥਰੂ ਥੋੜ੍ਹੀ ਜਿਹੀ ਘੱਟ ਹੋਣ ਲੱਗੀ ਆ, ਪਰ 1 ਜੂਨ ਦੀ ਮੈਨੂੰ ਉਸ ਤੋਂ ਵੀ ਜ਼ਿਆਦਾ ਵੇਟ ਰਹੂਗੀ, ਅਤੇ ਮੈਂ ਟ੍ਰੇਲਰ ਦੇਖਣ ਲੱਗਿਆ, ਬਾਕੀ ਦੇਖਦੇ ਹਾਂ ਕਿੱਦਾਂ ਦਾ। ਜਸ ਯਾਰ ਮਿਹਨਤ ਵਾਲੀ ਗੱਲ ਹੈ, ਰਹਿਣ ਦੇ ਯਾਰ, ਮੈਂ ਤੈਨੂੰ ਕੋਈ ਹੋਰ ਇੰਨਾ ਰਾਈ ਕੁੜੀ ਲੱਭ ਦੂੰ। ਤੂੰ ਹੌਲੀ ਬੋਲ, ਕਿਸੇ ਨੇ ਦੇਖ ਲਿਆ ਪੰਗਾ ਪੈ ਜੂ, ਬਸ ਮੇਰੇ ਵਾਂਗੂ ਮੱਝ ਦੀ ਆਵਾਜ਼ ਕੱਢ। ਨੱਕ ਤੇ ਰੱਖ ਕੇ ਫੁੱਟਬਾਲ ਘੁਮਾਉਣਾ ਸਿਖਾਓ, ਇਹਦਾ ਤੇ ਸ਼ੋਅ ਬੜਾ ਚੱਲੇ। ਚੱਕਰ ਚੱਲਦਾ ਮੇਰਾ ਕਿਤੇ, ਕੀ ਕਿਹਾ ਦੁਬਾਰੇ ਦੱਸਣ ਨਾਲ? ਚੱਕਰ ਵਾਪਸ ਥੋੜੀ ਮੁੜਿਆ, ਜਦ ਮੈਂ ਇੱਕ ਵਾਰੀ ਕਿਹਾ ਚੱਕਰ ਚੱਲਦਾ ਤਾਂ ਬਸ ਚੱਲਦਾ। ਸਾਲੀ ਗੰਦੀ ਔਲਾਦ, ਨਾਮੇ ਜ਼ਰਾ ਸਵਾਦ, ਮੈਂ ਤੇਰੇ ਹੱਥ ਤੋੜ ਦੇਣੇ ਜੇ ਮੇਰੇ ਪੂਰੇ ਹੋਣਾ ਨਹੀਂ ਕੀਤਾ। ਪਿੱਠ ਪਿੱਛੇ ਕਰਾ ਸਾਲੇ, ਇਹ ਡਮਰੂ ਆ ਜਿਹੜਾ ਪਿੱਛੇ ਵਜਾਉਣਾ। ਤੁਸੀਂ ਮੇਰੇ ਨਾਲ ਵਿਆਹ ਕਰਾਉਣਾ ਕਿ ਨਹੀਂ? ਕਰਾਉਣਾ ਹੈ ਤਾਂ ਫਿਰ ਚੁੱਪ ਚਾਪ ਆਪਣੀ ਫੈਮਿਲੀ ਨੂੰ ਲੈ ਕੇ ਮੇਰੇ ਘਰੇ ਆ ਜਾ। ਹੁਣ ਤਾਂ ਬਸ ਇਹ ਦੇਖਣਾ ਹੈ ਕਿ ਕਿਹਦੀ ਫੈਮਿਲੀ ਨੂੰ ਆਪਣੀ ਫੈਮਿਲੀ ਬਣਾਇਆ ਜਾਵੇ। ਕਾਕਾ ਜੀ ਦੀਆਂ ਹੌਬੀਜ਼ ਕੀ ਕੀ ਨੇ? ਕਾਕਾ ਜੀ ਸ਼ਤਰੰਜ ਬਹੁਤ ਸੋਹਣੀ ਖੇਡਦੇ, ਬਸ ਨਾਲ ਬੈਠਾ ਬੰਦਾ ਦੱਸਣ ਵਾਲਾ ਹੋਵੇ ਕਿ ਇੱਥੋਂ ਮੋਹਰਾ ਚੱਕ ਕੇ ਇੱਥੇ ਰੱਖਣਾ। ਹਾਲਾਤ ਦੇ ਵਿੱਚ ਮੀਤ ਨੂੰ ਇਹ ਨਹੀਂ ਪਤਾ ਲੱਗਣਾ ਚਾਹੀਦਾ ਕਿ ਢਿੱਲੋਂ ਸਾਹਿਬ ਤੇਰੇ ਡੈਡੀ ਆ, ਤੇ ਢਿੱਲੋਂ ਸਾਹਿਬ ਨੂੰ ਇਹ ਨਹੀਂ ਪਤਾ ਲੱਗਣਾ ਚਾਹੀਦਾ ਕਿ ਮੀਤ ਮੇਰੀ ਘਰ ਵਾਲੀ ਆ। ਖੜ ਜਾ ਮੀਤ ਮੇਰੇ ਡੈਡੀ ਆ ਤੇ ਢਿੱਲੋਂ ਸਾਹਿਬ ਕਿਹਦੇ ਘਰ ਵਾਲੀ ਆ? ਜਿੰਨੀ ਦੇਰ ਹੁਣ ਚੱਲੂਗਾ ਚਲਾਉਣਾ ਹੀ ਪੈਣਾ ਵਾ। ਉਹ ਭਰਾਵਾ ਛੇਤੀ ਤੂੰ ਭਰਜਾਈ ਨੂੰ ਲੈ ਕੇ ਇੱਥੋਂ ਨਿਕਲ ਯਾਰ, ਹੁਣ ਖੜੇ ਪੈਰੀ ਲੈ ਕੇ ਮੈਂ ਨਿਕਲ ਜਾ। ਫਿਰ ਥੱਲੇ ਬੈਠ ਲੈ, ਹੁਣ ਬੈਠੇ ਪੈਰੀ ਹੋ ਗਿਆ, ਹੁਣ ਨਿਕਲ ਢਿੱਲੋਂ ਸਾਹਿਬ। ਅੱਜ ਬਿੱਲੂ ਇਕੱਲਾ ਨਹੀਂ, ਇੱਕ ਧੀ ਦਾ ਬਾਪ ਵੀ ਆਇਆ। ਲਾ ਫਿਰ ਉਹਨਾਂ ਨੂੰ। ਧੀ ਦਾ ਬਾਪ ਮੈਂ ਹੀ ਹਾਂ ਸਰ। ਤੇਰੇ ਪਤੀ ਦੀ ਲੱਤ ਗਈ ਵਿੱਚ, ਤੇਰਾ ਪਤੀ ਲੈਗ ਆਊਟ ਹੋ ਗਿਆ। ਤੁਸੀਂ ਕੀ ਕਹਿ ਰਹੇ ਹੋ ਜਸ, ਮੈਨੂੰ ਕੁਝ ਸਮਝ ਨਹੀਂ ਆ ਰਿਹਾ। ਮੇਰਾ ਲੱਤ ਵਾਲੇ ਪਤੀ ਦਾ ਤੂੰ ਕੀ ਕਰੇਂਗੀ? ਚੰਗਾ ਲੱਗੂ ਤੇਰਾ ਪਤੀ ਤੇਰੇ ਨਾਲ ਵੱਟਿਆ ਤੇ ਐ ਚੱਲਦਾ। ਮੈਂ ਤੇਰੇ ਪਿਓ ਦੇ ਮੂੰਹੋਂ ਆਪ ਸੁਣ ਕੇ ਆਇਆ ਕਿ ਤੂੰ ਵਿਆਹ ਹੋਇਆ। ਮੇਰੀ ਸ਼ਕਲ ਤੋਂ ਲੱਗਦਾ ਮੈਂ ਵਿਆਹ ਹੋਇਆ? ਏਦਾਂ ਤਾਂ ਮੈਨੂੰ ਵੀ ਦੇਖ ਕੇ ਨਹੀਂ ਪਤਾ ਲੱਗਦਾ ਹੋਣਾ ਵੀ ਮੈਂ ਵਿਆਹ ਹੋਇਆ। ਸਾਡੀ ਤਾਂ ਬੇਟੀ ਖੜੀ ਹੈ ਨਾ ਜੀ। ਬਹਿ ਜਾ ਧੀਏ, ਹੁਣ ਲੱਗਦਾ ਮੈਂ ਵਿਆਹ ਹੋਇਆ। ਸੋ ਜਿੱਦਾਂ ਦੀਆਂ ਉਮੀਦਾਂ ਸੀਗੀਆਂ ਉਹਦੇ ਤੋਂ ਬਹੁਤ ਜ਼ਿਆਦਾ ਅੱਛਾ ਕੰਮ ਹੋਇਆ, ਅਤੇ ਪੂਰੀ ਟੀਮ ਨੂੰ ਮੇਰੇ ਵੱਲੋਂ ਗੁੱਡ ਲੱਕ, ਗਿੱਪੀ ਵੀਰੇ ਨੂੰ, ਭੂਗੀ ਭਾਅ ਜੀ ਨੂੰ ਔਰ ਬਿੰਨੂ ਭਾਅ ਜੀ ਨੂੰ, ਸਾਰਿਆਂ ਨੂੰ ਬਹੁਤ ਬਹੁਤ ਗੁੱਡ ਲੱਕ, ਅਤੇ ਉਮੀਦ ਕਰਦਾ ਵੀ ਇਹ ਪਹਿਲੇ ਨਾਲੋਂ ਵੀ ਬਹੁਤ ਵੱਡਾ ਇੱਕ ਬੈਂਚਮਾਰਕ ਸੈੱਟ ਕਰਕੇ ਜਾਊਗੀ। ਸੋ ਬੈਸਟ ਵਿਸ਼ਿਜ਼, ਥੈਂਕ ਯੂ ਸੋ ਮਚ।